ਵਾਰਾ ਭਾਈ ਗੁਰਦਾਸ ਜੀ ਵਾਰ 29ਵੀਂ ਪੌੜੀ 18ਵੀਂ ਅਲਖ ਨਰੰਜਨ ਆਖੀਐ ਰੂਪ ਨ ਰੇਖ ਅਲੇਖ ਅਪਾਰਾ ਅਬਗਤ ਗਤ ਅਬਗਤ ਘਣੀ ਸਿਮਰਨ ਸੇਖ ਨ ਆਵੈ ਵਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਖ ਨਰੰਜਨ ਆਖੀਐ ਰੂਪ ਨ ਰੇਖ ਅਲੇਖ ਅਪਾਰਾ ਹੁਣ ਪਰਮਾਤਮਾ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਅਲਖ ਨਰੰਜਨ ਆਖੀਐ ਅਲਖ ਮੀਨਸ ਲਖਣ ਤੋਂ ਪਰੇ ਬਿਯੋਂਡ ਅੰਡਰਸਟੈਂਡਿੰਗ ਨਰੰਜਨ ਜਿਹੜਾ ਸੁੱਧ ਸਰੂਪ ਹੈ ਨਿਰ ਅੰਜਨ ਨਿਰੰਜਨ ਦਾ ਸ਼ਬਦ ਜਿਹੜਾ ਹੈ ਨਿਰ ਅੰਜਨ ਨਿਰਮਿੰਸ ਵਿਦਾਊਟ ਅੰਜਨ ਮੀਨਸ ਦ ਬਲੈਕ ਮਾਰਕ ਅੰਜਨ ਜਿਹੜਾ ਪਾਉਂਦੇ ਨੇ ਅੱਖਾਂ 'ਚ ਜਿਵੇਂ ਆਪਾਂ ਕਹਿੰਦੇ ਸੁਰਮਾ ਆਇਆ ਹੈ ਅੰਜਨ ਹੈ ਉਹ ਜਿਹੜਾ ਪਾਉਂਦੇ ਨੇ ਕਹਿੰਦੇ ਉਹਨੂੰ ਅੰਜਨ ਦਾ ਸ਼ਬਦ ਦਾ ਮੀਨਿੰਗ ਇੱਥੇ ਕੀ ਹੁੰਦਾ ਹੈ ਕਿ ਮਾਇਆ ਰੂਪੀ ਦਾਗ ਸੋ ਜਿਹੜਾ ਪਰਮਾਤਮਾ ਇੱਕੋ ਹੀ ਇੱਕ ਹੈ ਜਿਹੜਾ ਮਾਇਆ ਦੇ ਇਨਫਲੂਐਂਸ ਤੋਂ ਪਰੇ ਹੈ ਇਸ ਕਰਕੇ ਆਪਾਂ ਨੂੰ ਨਿਰੰਜਨ ਕਿਹਾ ਜਾਂਦਾ ਹੈ ਕਹਿੰਦੇ ਅਲਖ ਲਖਣ ਤੋਂ ਪਰੇ ਉਹ ਨਿਰੰਜਨ ਪਰਮਾਤਮਾ ਨੂੰ ਅਖਿਆ ਜਾਂਦਾ ਹੈ ਰੂਪ ਉਸ ਦਾ ਕੋਈ ਖਾਸ ਰੂਪ ਹੈ ਨਹੀਂ ਉਹਦਾ ਕੋਈ ਖਾਸ ਫੋਮ ਜਿਹੜਾ ਹੈ ਨਹੀਂ ਤੇ ਨਾ ਰੇਖ ਜਿਵੇਂ ਆਪਣੀਆਂ ਰੇਖਾਂ ਨਾ ਜੋ ਮੱਥੇ ਤੇ ਵੀ ਰੇਖਾਂ ਹੈਗੀਆਂ ਨੇ ਹੱਥ ਤੇ ਵੀ ਰੇਖਾਂ ਜਿਹੜੀਆਂ ਆਪਣੀਆਂ ਲਾਈਨਸ ਹੁੰਦੀਆਂ ਨੇ ਜਿਹੜਾ ਫੋਰਚਨ ਦੀਆਂ ਜਾਂ ਹੋਰ ਇਹ ਸਾਰੀਆਂ ਜਿਹੜੀਆਂ ਨੇ ਉਹਦੀਆਂ ਪਰਮਾਤਮਾ ਦੀਆਂ ਹੈ ਨਹੀਂ ਬਿਕੋਜ਼ ਪਰਮਾਤਮਾ ਕਰਮਾ ਵਿੱਚ ਨਹੀਂ ਬੱਧਿਆ ਹੋਇਆ ਨਾ ਆਪਾਂ ਤਾਂ ਕਰਮਾ ਵਿੱਚ ਬੰਨੇ ਹੋਇਆ ਇਸ ਕਰਕੇ ਆਪਣੀ ਰੇਖ ਹੈਗੇ ਆ ਆਪਣੇ ਰੇਖਾਂ ਕਿਉਂਕਿ ਦਿਸ ਇਜ਼ आवर ਆਪਾ ਇਹ ਆ ਇਹ ਆਪਣਾ ਫਿਊਚਰ ਹੈ ਇਹ ਆਪਣਾ ਪਾਸ ਹੈ ਬਸ ਇਹੀ ਹੈ ਪਰ ਪਰਮਾਤਮਾ ਦਾ ਇਹ ਹੈ ਨਹੀਂ ਫਿਰ ਕਹਿੰਦੇ ਅਲੇਖ ਓਲੇਖ ਤੋਂ ਪਰੇ ਹੈ ਅਪਾਰਾ ਪ੍ਰਕਿਰਤੀ ਤੋਂ ਪਰੇ ਹੈ ਪਰਮਾਤਮਾ ਦੀ ਜਿਹੜੀ ਬਣਾਈ ਹੋਈ ਇਹ ਪ੍ਰਕਿਰਤੀ ਹੈ ਪਰਮਾਤਮਾ ਇਸ ਤੋਂ ਪਰੇ ਹੈ ਕਿਉਂਕਿ ਯੂ ਕੈਨੋਟ ਜਿਹੜਾ ਹੈ ਜੇ ਪਰਮਾਤਮਾ ਨੂੰ ਪਾਉਣਾ ਹੈ ਤਾਂ ਪ੍ਰਕਿਰਤੀ ਵਿੱਚੋਂ ਹੀ ਪਾਇਆ ਜਾ ਸਕਦਾ ਹੈ ਜੇ ਆਪਾਂ ਕਹੀਏ ਪਰਮਾਤਮਾ ਪ੍ਰਕਿਰਤੀ ਹੀ ਹੈ ਨਹੀਂ ਉਹ ਪ੍ਰਕਿਰਤੀ ਤੋਂ ਵੀ ਪਰੇ ਹੈ He is a creator, he's a creator but he is beyond he's his beyond creation. creation. ਅਬਗਤ ਗਤ ਅਬਗਤ ਘਣੀ ਸਿਮਰਨ ਸੇਖ ਨਾ ਆਵੇ ਵਾਰਾ ਦੇਖੋ ਅਬਗਤ ਅਬਗਤ ਹੁੰਦੀ ਹੈ ਜਿਹਦੀ ਗਤੀ ਤੋਂ ਰਹਿਤ ਹੈ ਜਿਹਦੀ ਗਤੀ ਜਿਹਦੀ ਬਾਰੇ ਆਪਾਂ ਨਹੀਂ ਜਾਣ ਸਕਦੇ ਜਿਹਦੇ ਮਰਿਆਦਾ ਬਾਰੇ ਨਹੀਂ ਜਾਣ ਸਕਦੇ ਜਿਹਦੇ ਕੈਰੈਕਟਰ ਬਾਰੇ ਆਪਾਂ ਨਹੀਂ ਜਾਣ ਸਕਦੇ ਜਿਹਦੀ ਐਟੀਟਿਊਡ ਬਾਰੇ ਆਪਾਂ ਨਹੀਂ ਜਾਣ ਸਕਦੇ ਉਹ ਅਬਗਤ ਹੈ ਸੋ ਕਹਿੰਦੇ ਅਬਗਤ ਗਤ ਉਹਦੀ ਗਤੀ ਜਿਹੜੀ ਹੈ ਅਬਗਤ ਘਣੀ ਕਹਿੰਨੇ ਕਿ ਉਹਦੀ ਜਿਹੜੀ ਗਤੀ ਹੈ ਪ੍ਰਾਪਤੀ ਹੈ ਉਹ ਵੀ ਬਹੁਤ ਪਰੇ ਹੈ ਕਹਿੰਦੇ ਅਬਗਤ ਦੀ ਪ੍ਰਾਪਤੀ ਵੀ ਨਹੀਂ ਹੋ ਸਕਦੀ ਯੂ نو ਇਫ ਯੂ ਥਿੰਕ ਯੂ ਕੈਨ ਅਟੇਨ ਗੋਡ ਬਾਈ ਯੋਰਸੈਲਫ ਨੋ ਇਟਸ ਅ 빅 ਨੋ ਯੂ ਕੈਨ ਨੋਟ ਡੂ ਥੈਟ ਬਰਮਨੂ ਨਹੀਂ ਮਿਲਿਆ ਵਿਸ਼ਨੂ ਨੂੰ ਨਹੀਂ ਮਿਲਿਆ ਸ਼ਿਵ ਜੀ ਨੂੰ ਨਹੀਂ ਮਿਲਿਆ ਵਦੇ ਵਦੇ ਤਪੀਆਂ ਨੂੰ ਨਹੀਂ ਮਿਲਿਆ ਜੋਗੀਆਂ ਨੂੰ ਨਹੀਂ ਮਿਲਿਆ ਜਿਨੇ ਹਜ਼ਾਰਾਂ ਸਾਲ ਭਗਤੀ ਕੀਤੀ ਆਪਾਂ ਨੂੰ ਕਿੱਥੇ ਮਿਲ ਜਾਏ ਨੇ ਮਿਲਣਾ ਜੀ ਫਿਰ ਸਿਮਰਨ ਸਿਮਰਨ ਸੇਖਣਾ ਆਵੇ ਵਾਰਾ ਦੇਖੋ ਇਹੀ ਸ਼ੇਸ਼ਨਾਗ 2000 ਨਾਮ ਜਿਹੜਾ ਪਰਮਾਤਮਾ ਦੇ ਨਵੇਂ ਤੋਂ ਨਵੇਂ ਹਰ ਰੋਜ਼ ਲੰਦਾ ਹੈ ਉਹਦਾ ਵੀ ਵਾਰਾ ਜਿਹੜਾ ਹੈ ਉਹਨੂੰ ਵੀ ਪਰਮਾਤਮਾ ਦਾ ਜਿਹੜਾ ਹੈ ਇਹ ਅੰਤ ਨਹੀਂ ਮਿਲਿਆ ਉਨੂ ਨਾ ਆਵੇ ਵਾਰ ਨਹੀਂ ਅੰਤ ਮਿਲਿਆ ਜੀ ਅਕਥ ਕਥਾ ਕਿਉ ਜਾਣੀ ਐ ਕਿਉ ਕੋਈ ਨਾ ਆਖ ਸਬਾਵਨ ਹਾਰਾ ਹਾਂ ਕਹਿਣ ਲਿਗੇ ਅਕਥ ਕਥਾ ਉਹਦੀ ਕਥਾ ਨਹੀਂ ਕਥਨ ਕਰਦਾ ਨਹੀਂ ਡਿਸਕ੍ਰਾਈਬ ਹੋ ਸਕਦੀ ਕਿਉ ਜਾਣੀ ਐ ਕਿਉ ਕੋਈ ਜਾਣ ਸਕਦਾ ਹੈ ਨਹੀਂ ਜਾਣ ਸਕਦਾ ਜੀ ਨਾ ਜਿਸ ਇਮੇਜਿਨ ਜੇ ਇੱਕ ਮੱਛੀ ਪਾਣੀ ਵਿੱਚ ਫਿਰਦੀ ਹੈ ਉਹ ਕਹਿੰਦੀ ਮੈਂ ਪਾਣੀ ਦਾ ਅੰਤ ਪਾ ਲਿਆ ਮੈਂ ਸਮੁੰਦਰ ਦਾ ਅੰਤ ਪਾ ਲਿਆ ਉਹ ਪਾ ਲਿਆ ਜੀ ਉਹਨੇ ਜੇ ਉਹ ਹੰਕਾਰ ਵਿੱਚ ਕਹਿ ਰਹੀ ਆ ਕਿ ਮੈਂ ਪਾ ਲਿਆ ਬਟ ਇਜ਼ 댓 ਟਰੂਥ ਉਹ ਤਾਂ ਵਿਚਾਰੀ ਇੱਕ ਥਾਂ ਤੇ ਬੈਠੀ ਐ ਸਤਿ ਸਮੁੰਦਰ ਨੇ ਕਿੰਡਾ ਵੱਡਾ ਸਮੁੰਦਰ ਨੇ ਕਿੰਨੇ ਤਲਾਅ ਨੇ ਕਿੰਨੇ ਪੌਣ ਨੇ ਪਹਾੜੀਆਂ ਦੇ ਉੱਤੇ ਪੌਣ ਬਣੇ ਹੋਏ ਨੇ ਕੀ ਉਹਨੇ ਅੰਤ ਪਾ ਲਿਆ ਸਾਰਿਆਂ ਦਾ ਨਹੀਂ ਪਾ ਸਕਦੀ ਨਾ ਪਰ ਉਹਦਾ ਹੰਕਾਰ ਕਰਕੇ ਉਹਨ ਲੱਗਦਾ ਵੀ ਮੈਂ ਪਾ ਲਿਆ ਸੋ ਇਸ ਕਰਕੇ ਕਹਿੰਦੇ ਅਕਥ ਕਥਾ ਕਿਉਂ ਜਾਣੀ ਐ ਨਹੀਂ ਜਾਇਨਾ ਜਾ ਸਕਦਾ ਕੋਈ ਨਾ ਆਖ ਸੁਣਾਵਣ ਹਾਰਾ ਨਾ ਕੋਈ ਮੂੰਹ ਤੋਂ ਆਖ ਕੇ ਸੁਣਾ ਸਕਦਾ ਹੈ ਨਾ ਕਿਸੇ ਨੂੰ ਸਮਝਾ ਸਕਦਾ ਹੈ ਨਾ ਕੋਈ ਐਸਾ ਸੁਣਾਵਣ ਹਾਰਾ ਸੁਣਾਉਣ ਵਾਲਾ ਵੀ ਕੋਈ ਨਹੀਂ ਸੁਣਨ ਵਾਲਾ ਵੀ ਕੋਈ ਨਹੀਂ ਕੋਈ ਨਹੀਂ ਐਸਾ ਹੋ ਸਕਦਾ ਕਿਉਂਕਿ ਇੱਕ ਵਾਰ ਸ਼ਿਵ ਜੀ ਨੇ ਨਾ ਪਾਰਬਤੀ ਨੇ ਪੁੱਛਿਆ ਕਿ ਮੈਨੂੰ ਅਮਰ ਕਥਾ ਸੁਣਾਓ ਸੋ ਸ਼ਿਵ ਜੀ ਕਹਿੰਦਾ ਵੀ ਪਾਰਬਤੀ ਨੂੰ ਕਹਿੰਦਾ ਵੀ ਮੈਂ ਤੈਨੂੰ ਅਮਰ ਕਥਾ ਤਾਂ ਸੁਣਾ ਦੂੰਗਾ ਬਟ ਵੀ ਹੈਵ ਟੂ ਗੋ ਟੂ ਅ ਸਕਲੂਡਿਡ ਏਰੀਆ ਕੋਈ ਜਰਾ ਥਾਂ ਬਿਲਕੁਲ ਨਾ ਕੋਈ ਹੋਵੇ ਸੋ ਉਹ ਅਮਰ ਕਥਾ ਦਾ ਇੱਕ ਕੰਡੀਸ਼ਨ ਰੱਖਿਆ ਸ਼ਿਵ ਜੀ ਨੇ ਪਾਰਵਤੀ ਨੂੰ ਕਹਿੰਦਾ ਜਦੋਂ ਮੈਂ ਇਹ ਕਥਾ ਸ਼ੁਰੂ ਕਰ ਲਈ ਆਈ ਵਿਲ ਗੋ ਕੰਟੀਨਿਊਸਲੀ ਆਈ ਵੋਂਟ ਸਟਾਪ ਬਟ ਜਸਟ ਵਨ ਥਿੰਗ ਪਾਰਵਤੀ ਨੂੰ ਕਹਿੰਦਾ ਤੂੰ ਹਾਂ 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 ਕਰੀ ਜਾਇਂ ਹੰਗੂਰਾ ਭਰੀ ਜਾਇਂ ਮੈਨੂੰ ਪਤਾ ਤੂੰ ਜਾਗਦੀ ਆਂ ਤੂੰ ਸੌਣਾ ਨਹੀਂ ਕਿਉਂਕਿ ਗਿਆਨ ਦੀ ਗੱਲ ਜੋ ਕਰੀਏ ਨਾ ਬੰਦੇ ਨੂੰ ਬਹੁਤ ਨੀਂਦ ਆਉਂਦੀ ਹੈ ਜਦੋਂ ਹੁਣ ਕੋਈ ਗਿਆਨ ਦੀ ਕਥਾ ਕਰੇ ਨਾ ਆਪਾਂ ਨੂੰ ਬਹੁਤ ਨੀਂਦ ਆ ਲੱਗ ਜਾਂਦੀ ਆ ਬੰਦਾ ਬੋਰਿੰਗ ਹੋ ਜਾਂਦਾ ਆਪਣੇ ਆਪ ਸਿਰ ਆਉਣ ਜਾਂਦਾ ਥੱਲੇ ਨੂੰ ਪਾਸੇ ਨੂੰ ਜਾਏਗਾ ਇੱਧਰ ਨੂੰ ਜਾਏਗਾ ਐਂ ਲੱਗਦਾ ਹੁੰਦਾ ਬੰਦਾ ਜਿਵੇਂ ਨਾ ਇੱਕ ਭਮੀਰੀ ਵਾਂਗੂ ਘੁੰਮਦਾ ਹੁੰਦਾ ਹੈ ਹਣੇ ਸੋ ਸਾਰਿਆਂ ਦਾ ਇਹ ਹਾਲ ਹੁੰਦਾ ਕਿਉਂਕਿ ਗਿਆਨ ਹੈ ਹੀ ਇਹ ਬਹੁਤ ਲੇਮ ਹੈ ਨਾ ਸੋ ਇਉਂ ਕਰਕੇ ਉਹ ਕਹਿੰਦਾ ਭਾਰਵ ਤੂੰ ਸੌਣਾ ਨਹੀਂ ਹੈਗਾ ਤੂੰ ਹਾਂ ਹਾਂ ਕਰੀ ਜਾਈ ਉਹ ਜਿਹੜਾ ਹਣ ਪਾਰਬਤੀ ਨੇ ਜਦੋਂ ਕਥਾ ਸੁਣੀ ਥੋੜੀ ਜੀ ਸੁਣੀ ਉਹਨੂੰ ਨੀਂਦ ਆ ਗਈ ਉਹ ਪਹਿਲਾਂ ਤਾਂ ਹੂੰ 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 ਕਰੀ ਗਈ ਬਾਅਦ ਚੋਂ ਸੌਂਗੀ ਇੱਕ ਤੋਤਾ ਸੀ ਉੱਥੇ ਬੈਠਾ ਉਹ ਸੁਣੀ ਗਿਆ ਉਹ ਹੂੰ 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 ਕਰੀ ਗਿਆ ਸੋ ਸ਼ਿਵ ਜੀ ਦੇ ਖਿਆਲ ਸੀ ਵੀ ਪਾਰਵਤੀ ਸੁਣਦੀ ਆ ਉਹ ਅਸਲ ਵਿੱਚ ਉਹ ਜਿਹੜਾ ਤੋਤਾ ਸੀ ਉਹਨੇ ਸਾਰੀ ਅੰਮ੍ਰਿਤ ਕਥਾ ਸੁਣ ਲਈ ਸੋ ਉਹ ਦਾ ਜਿਹੜਾ ਹਣ ਉਹ ਫਿਰ ਜਿਹੜਾ ਹਣ ਉਹ ਜਿਹੜਾ ਕਸ਼ਪ ਰਿਸ਼ੀ ਦੇ ਘਰ ਵਾਲੀ ਦੇ ਜਾ ਕੇ ਪੇਟ ਵਿੱਚ ਗਿਆ ਜਨਮ ਲੈਣ ਵਾਸਤੇ ਉਹ ਤੋਤਾ ਤੇ ਫਿਰ ਕੀ ਹੁੰਦਾ ਹੈ ਸ਼ਿਵ ਜੀ ਨੂੰ ਪਤਾ ਲੱਗਦਾ ਹੈ ਵੀ ਇਹ ਤਾਂ ਅਮਰ ਕਥਾ ਸੁਣ ਲਈ ਇਹ ਤਾਂ ਅਮਰ ਹੋ ਗਿਆ ਹੁਣ ਸ਼ਿਵ ਜੀ ਨੇ ਉੱਠ ਕੇ ਆਪਣਾ ਤ੍ਰਿਸ਼ੂਲ ਚੱਕਿਆ ਉਹ ਕਹਿੰਦਾ ਮੈਂ ਤੋਤੇ ਨੂੰ ਮਾਰਨਾ ਉਹ ਤੋਤਾ ਡਰਦਾ ਹੋਇਆ ਕਸ਼ਪ ਰਿਸ਼ੀ ਦੇ ਜਾ ਕੇ ਘਰ ਵਾਲੀ ਦੇ ਪੇਟ 'ਚ ਵੜ ਗਿਆ ਤੇ ਬੇਬੀ ਬਣ ਕੇ ਉਹਦਾ ਅੰਦਰ ਉਹ ਪ੍ਰੈਗਨੈਂਟ ਹੋ ਗਈ ਤੋਂ ਜਿਹੜਾ ਹਣ ਉਹ ਜਿਹੜਾ ਹਣ ਸ਼ਿਵ ਜੀ ਉਹਦੇ ਦਰਵਾਜ਼ੇ ਤੇ ਬਹਿ ਗਿਆ ਕਹਿੰਦਾ ਜਿੱਦਨ ਇਹਨੇ ਜਨਮ ਲਿਆ ਨਾ ਮੈਨੂੰ ਮਾਰ ਦੇਣਾ 12 ਸਾਲ ਉਹ ਡੀਕਦਾ ਰਿਆ 12 ਈਅਰਸ ਵਾਸਤੇ ਉਹ ਜਨਮ ਨਾ ਲਵੇ ਡਰਦਾ ਹੋਇਆ ਕਹਿੰਦਾ ਜੇ ਮੈਂ ਨਿਕਲਿਆ ਸ਼ਿਵਜੀ ਨੇ ਮਾਰ ਦੇਣਾ ਫੇਰ ਸਾਰੇ ਦੇਵਤਿਆਂ ਨੇ ਜਦ ਉਹ ਕਸ਼ਵ ਦੀ ਰਿਸ਼ੀ ਉਹਦੀ ਘਰਵਾਲੀ ਤੇ ਔਕੀ ਹੋ ਗਈ 12 ਸਾਲ ਪ੍ਰੈਗਨਨਸੀ ਕੋਈ ਖੇਡ ਆ ਉਹ ਬੜੀ ਔਕੀ ਹੋਈ ਵਿਚਾਰੀ ਤੇ ਉਹ ਜਿਹੜਾ ਵਿਚਾਰੀ ਉਹਨੇ ਅਰਦਾਸਾਂ ਕੀਤੀ ਆ ਫੇਰ ਸਾਰੇ ਦੇਵਤੇ ਇਕੱਠੇ ਹੋ ਕੇ ਆਏ ਤੇ ਆ ਕੇ ਸ਼ਿਵਜੀ ਨੂੰ ਕਹਿੰਦੇ ਭਾਈ ਤੂੰ ਦੱਸ ਗੱਲ ਕੀ ਆ ਉਹਨੇ ਸਾਰੀ ਗੱਲ ਦੱਸੀ ਉਹ ਕਹਿੰਦੇ ਅਮਰ ਕਥਾ ਦਾ ਫਲ ਕੀ ਹੁੰਦਾ ਹੈ ਉਹ ਕਹਿੰਦੇ ਵੀ ਅਮਰ ਹੋ ਜਾਂਦਾ ਬੰਦਾ ਮਰਦਾ ਨਹੀਂ ਫੇ ਕਹਿੰਦੇ ਤੂੰ ਕਾਨੂੰ 12 ਸਾਲ ਤੇ ਡੀਕਦਾ ਰਿਆ ਤੂੰ ਮਾਰ ਲੂਗਾ ਉਹਨੇ ਤਾਂ ਸੁਣ ਲੀਆ ਕਥਾ ਜਿਹੜੀ ਸੁਣ ਲਈ ਸੀ ਉਹ ਤਾਂ ਅਮਰ ਹੋ ਹੀ ਗਿਆ ਹੁਣ ਤੂੰ ਕਿਵੇਂ ਮਾਰੇਗਾ ਉਹਨੂੰ ਤੇ ਸ਼ਿਵ ਜੀ ਕਹਿੰਦਾ ਯੂ ਆ ਰਾਈਟ ਆਲਸੋ ਤੁਰ ਪਿਆ ਤਾਂਕੇ ਟਰਿਸ਼ੂਲ ਆਪਣਾ ਮੋੜ ਗਿਆ ਕਹਿੰਦਾ ਵੀ ਹਾਂ ਗੱਲ ਤਾਂ ਸੱਚੀ ਆ ਭਾਈ ਦੇਖੋ 12 ਸਾਲ ਡੀਕਦਾ ਰਿਆ ਉਹ ਇੱਕ ਗੱਲ ਦੱਸਣ ਦੀ ਲੋੜ ਸੀ ਅਮਰ ਕਥਾ ਸੁਣ ਕੇ ਅਮਰ ਹੋ ਗਿਆ ਹੁਣੇ ਕੁਝ ਹੋ ਸਕਦਾ ਤੇ ਫਿਰ ਉਹਨੇ ਸੁਖਦੇਵ 무ਨੀ ਬਣ ਕੇ ਉਹਨੇ ਜਨਮ ਲਿਆ ਔਰ ਚਲੋ ਉਹਦੀ ਕਥਾ ਤਾਂ ਆਗਿਆ ਹੁਣ ਇਹ ਗੱਲ ਜਿਹੜੀ ਹੈ ਕਹਿੰਦੇ ਕੋਈ ਨਾ ਆਖ ਸੁਣਾਵਨ ਹਾਰਾ ਕੋਈ ਵੀ ਆਖ ਕੇ ਕਹਿ ਨਹੀਂ ਸਕਦਾ ਨਾ ਸੁਣਨ ਵਾਲਾ ਸੁਣਾ ਸਕਦਾ ਬਟ ਰਿਮੈਂਬਰ ਵਨ ਥਿੰਗ ਜਿਹੜੀ ਬਾਣੀ ਅੱਜ ਆਪਾਂ ਸੁਣਦੇ ਹਾਂ ਹਾਂ ਉਹ ਜਿਹੜਾ ਹਨ ਆਪ ਪਰਮਾਤਮਾ ਦੀ ਬਾਣੀ ਹੈ ਉਹ ਆਪ ਗੁਰੂ ਨੇ ਤੇ ਗੁਰੂ ਨੇ ਆਪ ਬਾਣੀ ਉਚਾਰਨ ਕੀਤੀ ਹੈ ਆਪਣੇ ਵਾਸਤੇ ਤੋ ਜੇ ਇਹ ਗੱਲ ਆ ਨਾ ਕਹਿੰਦੇ ਗੁਰੂ ਤੋਂ ਬਿਗੈਰ ਅਕਤਕਤਾ ਕਿਉਂ ਕਿਉਂ ਜਾਣੀ ਐ ਕੋਈ ਨਾ ਆਖ ਸੁਣਾਵਣ ਹਾਰਾ ਪਰ ਜਦੋਂ ਗੁਰੂ ਨਾਨਕ ਪ੍ਰਗਟ ਹੋਇਆ ਸੰਸਾਰ ਵਿੱਚ ਉਹਨਾਂ ਨੇ ਆਪਣੀ ਬਾਣੀ ਵੀ ਪ੍ਰਗਟ ਕਰ ਦਿੱਤੀ ਫਿਰ ਅਚਰਜ ਨੋ ਅਚਰਜ ਹੋਏ ਵਿਸਮਾਦੈ ਵਿਸਮਾਦ ਸੁਮਾਰਾ ਕਹਿੰਦੇ ਕਿਉਂ ਨਹੀਂ ਮਿਲਦਾ ਕਹਿੰਦੇ ਉਹਦਾ ਸਿਕਰਟ ਕੀ ਹੈ ਨਾ ਸਿਕਰਟ ਇਹ ਹੈ ਅਚਰਜ ਨੂੰ ਅਚਰਜ ਮਿਲੈ ਕਹਿੰਦੇ ਅਚਰਜ ਨੂੰ ਕੀ ਮਿਲਦਾ ਅਚਰਜ ਮਿਲਦਾ ਹੈ ਨਾ ਵੈਨ ਯੂ ਆਮੇਜ਼ਡ where are you going to go you are going to go into the to amiss avastha that's it te vismad vismad me haran jadon haran ho jaye phir haran di avastha vich haran ho jaye ohi hai bas us to baad ki hai nothing so is karke astarj nu astarj mila hoye vismadai vismad samara kende vismad vich vismad da roop hone ha the same way guru nanak nu samjhya nahi ja sakda par guru nanak vich leen zarur ho sakte ha ਗੁਰੂ ਨਾਨਕ ਨਾਲ ਆਪਾਂ ਇੱਕ ਹੋ ਸਕਦੇ ਆ ਜੇ ਮਹਾਰਾਜ ਕਿਰਪਾ ਕਰ ਦੇਵੇ ਆਪਾਂ ਇੱਕ ਹੋ ਸਕਦੇ ਆ ਪਰ ਆਪਾਂ ਉਹਨੂੰ ਬਿਆਨ ਨਹੀਂ ਕਰ ਸਕਦੇ ਉਹਦੇ ਨਾਲ ਇੱਕ ਹੋ ਸਕਦੇ ਆ ਜਿਵੇਂ ਪਾਣੀ ਪਾਣੀ ਵਿੱਚ ਮਿਲ ਸਕਦਾ ਹੈ ਪਰ ਇਹ ਪਾਣੀ ਦਾ ਕੱਪ ਜਿਹੜਾ ਹੈ ਇਹ ਸਮੁੰਦਰ ਦਾ ਸਾਰੇ ਦੁਨੀਆ ਦਾ ਪਾਣੀ ਨੂੰ ਡਿਸਕ੍ਰਾਈਬ ਨਹੀਂ ਕਰ ਸਕਦਾ ਇਹ ਪਾਣੀ ਸਿਰਫ ਪਾਣੀ ਨਾਲ ਮਿਲ ਸਕਦਾ ਹੈ ਇੰਨੀ ਇੰਨੀ ਚੀਜ਼ ਹੈ ਇਸ ਕਰਕੇ ਚਾਰ ਵਰਣ ਗੁਰ ਸਿੱਖ ਹੋਏ ਘਰ ਭਾਰੀ ਬਹੁ ਵਣਜ ਵਪਾਰਾ ਦੇਖੋ ਕਹਿੰਦੇ ਇਸ ਕਰਕੇ ਗੁਰੂ ਨਾਨਕ ਦੀ ਸਿੱਖੀ ਜਿਹੜੀ ਸੀ ਉਹ ਸੋ एवरीवन ਗੁਰੂ ਨਾਨਕ ਦਾ ਗਿਆਨ ਸਾਰਿਆਂ ਵਾਸਤੇ ਸੀਗਾ ਗੁਰੂ ਨਾਨਕ ਦੀ ਸਿੱਖਿਆ ਸਾਰਿਆਂ ਵਾਸਤੇ ਹੈ ਮੋਸ ਇੰਪੋਰਟੈਂਟਲੀ ਗੁਰੂ ਨਾਨਕ ਦਾ ਹੁਕਮ ਸਾਰਿਆਂ ਵਾਸਤੇ ਹੈ ਗੁਰੂ ਨਾਨਕ ਦਾ ਹੁਕਮ ਸਾਰਿਆਂ ਦੇ ਸਿਰ ਤੇ ਹੈ ਕੋਈ ਮੰਨੇ ਚਾਏ ਨਾ ਮੰਨੇ ਹੁਕਮ ਮਹਾਰਾਜ ਦਾ ਸਾਰਿਆਂ ਤੇ ਹੀ ਹੈ ਓਕੇ ਹੁਣ ਦੇਖੋ ਨਾ ਮਹਾਰਾਜ ਨੇ ਕਿਹਾ ਨਾ ਜਦੋਂ ਮਹਾਰਾਜ ਮੱਕੇ ਗਏ ਆ ਹਾਂਜੀ ਉਹ ਕਹਿੰਦੇ ਜਾਂ Hindu ਚੰਗੇ ਆ ਜਾਂ Musalman ਚੰਗੇ ਨੇ ਮਹਾਰਾਜ ਕਹਿੰਦੇ ਸ਼ੁਭ ਅਮਲਾ ਬਾਜੋ ਦੋਨੋਂ ਰੋਈ ਮਹਾਰਾਜ ਨੇ ਫੈਸਲਾ ਦਿੱਤਾ ਇਹ ਹੁਕਮ ਹੈ ਮਹਾਰਾਜ ਦਾ ਕਹਿੰਦੇ ਸ਼ੁਭ ਅਮਲਾ ਬਾਜੋ ਤੁਹਾਨੂੰ ਦੋਨਾਂ ਨੂੰ ਰੋਣਾ ਪਵੇਗਾ ਭਾਵੇਂ ਕੋਈ Hindu ਹੋਵੇ ਭਾਵੇਂ Musalman ਹੋਵੇ ਇਹਦਾ ਮਤਲਬ ਇੰਤੂ Musalman ਹੋ ਗਿਆ ਤੈਨੂੰ ਟਿਕਟ ਮਿਲ ਗਿਆ ਸਵਰਗ ਦਾ ਨੋ ਸ਼ੁਮ ਅਮਲਾ ਬਾਜੋ ਦੋਨੋਂ ਰੋਈ ਤੁਹਾਨੂੰ ਦੋਨਾਂ ਨੂੰ ਰੋਣਾ ਪੈਣਾ ਇਹ ਹੁਕਮ ਹੈ ਮਹਾਰਾਜ ਦਾ ਇਸ ਨੋਟ ਜਸ ਅ ਵਰਡ ਇਸ ਨੋਟ ਜਸ ਅ ਪੀਸ ਆਫ ਐਡਵਾਈਸ ਇਸ ਹੁਕਮ ਸੋ ਉਹਦੇ ਵਿੱਚ ਕੀ ਹੈ ਦੇਖੋ ਹੁਣ ਚਾਰ ਵਰਣ ਚਾਰੇ ਵਰਣ ਜਿਹੜੇ ਨੇ ਜਰਾ ਬ੍ਰਾਹਮਣ ਖੱਤਰੀ ਵੈਦ ਤੇ ਸ਼ੂਦਰ ਇਹ ਹੋ ਗਈ ਗੁਰਸਿੱਖ ਹੋਏ ਉਹ ਸਾਰੇ ਗੁਰਸਿੱਖ ਹੋਏ ਤੇ ਘਰਬਾਰੀ ਜਿਹੜੇ ਗ੍ਰਿਸ਼ਟੀ ਲੋਕ ਸਨ ਜਿਨ੍ਹਾਂ ਨੂੰ ਲੋਕ ਕਹਿੰਦੇ ਸਨ ਤੁਹਾਡੀ ਗਤੀ ਨਹੀਂ ਹੋਣੀ ਯੂ ਕੈਨ ਨੈਵਰ ਗੈਨ ਮੁਕਤੀ ਬਿਕੋਜ਼ ਯੂ ਆਰ ਸਟਕ ਇਨ ਯੋਰ ਫੈਮਿਲੀ ਉਹਨਾਂ ਨੂੰ ਮਹਾਰਾਜ ਨੇ ਮੁਕਤ ਕੀਤਾ ਤੇ ਕਹਿੰਦੇ ਬਹੁਵੰਜ ਵਪਾਰਾ ਜਿਹੜੇ ਵਪਾਰ ਕਰਨ ਵਾਲੇ ਨੇ ਉਹਨਾਂ ਨੂੰ ਵੀ ਮਹਾਰਾਜ ਨੇ ਮੁਕਤੀ ਦਿੱਤੀ ਸੋ ਇਸ ਕਰਕੇ ਦੇਖੋ ਨਾ ਗੁਰੂ ਨਾਨਕ ਦਾ ਜਿਹੜਾ ਮਤ ਹੈ ਨਾ ਗੁਰੂ ਨਾਨਕ ਨੇ ਸਾਰਿਆਂ ਨੂੰ ਐਨਵਲਪ ਦੇ ਵਿੱਚ ਪਾ ਕੇ ਸਾਰਿਆਂ ਨੂੰ ਹੀ ਮੁਕਤ ਕੀਤਾ ਉਹਨਾਂ ਨੇ ਕੋਈ ਇਹ ਨਹੀਂ ਦੱਸਿਆ ਵੀ ਤੂੰ ਇਹ ਆ ਤੇਰਾ ਨਹੀਂ ਹੋ ਸਕਦਾ ਤੇਰਾ ਇਹ ਆ ਤੂੰ ਨਹੀਂ ਹੋ ਸਕਦਾ ਨਹੀਂ एवरीवन ਸੋ ਇਸ ਕਰਕੇ ਕਹਿੰਦੇ ਬਹੁਵਣ ਜੋ ਵਪਾਰਾ ਫਿਰ ਸਾ ਸੰਗਤ ਸਾਧ ਸੰਗਤ ਆਰਾਧਿਆ ਭਗਤ ਵਛਲ ਗੁਰੂ ਰੂਪ ਮੁਰਾਰਾ ਦੇਖੋ ਸਾਧ ਸੰਗਤ ਵਿੱਚ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਅਰਾਧ ਲਿਆ ਭਗਤ ਵਛਲ ਉਹ ਭਗਤਾਂ ਦਾ ਪਿਆਰਾ ਹੋ ਕੇ ਗੁਰੂ ਰੂਪ ਮੁਰਾਰਾ ਕਹਿੰਦੇ ਉਹ ਮੁਰਾਰ ਪਰਮਾਤਮਾ ਨੇ ਗੁਰੂ ਦਾ ਰੂਪ ਬਣਾ ਕੇ ਸਾਧ ਸੰਗਤ ਵਿੱਚ ਆਪ ਵੀ ਬਹਿ ਗਿਆ ਉਹ ਆਪ ਵੀ ਸਥਿਤ ਹੋ ਗਿਆ ਗੁਰੂ ਨਾਨਕ ਕਹਿੰਦੇ ਦੇਖੋ ਪਰਮਾਤਮਾ ਨੇ ਕਿਹਦਾ ਰੰਗ ਵਰਤਾਇਆ ਉਹ ਆਪ ਆ ਕੇ ਆਪਣੀ ਸੰਗਤ ਵਿੱਚ ਬੈਠ ਗਿਆ ਪਰਮਾਤਮਾ ਆਪ ਬੈਠਾ ਹੈ ਨਾ ਇੱਥੇ ਜਿਹੜੀ ਆਪਾਂ ਨੂੰ ਜਿਹੜਾ ਹਨ ਕਈ ਵਾਰੀ ਇਹ ਸ਼ੱਕ ਪੈ ਜਾਂਦਾ ਹੈ ਨਾ ਵੀ ਪਤਾ ਨਹੀਂ ਹੈ ਜਾਂ ਨਹੀਂ ਹੈ ਭਾਈ ਜਿਹੜਾ ਸਾਥ ਸੰਗਤ ਜਾਂ ਕਿ ਸੁੱਖ ਮਿਲਦਾ ਹੈ ਨਾ ਤੁਹਾਨੂੰ ਕਿਤੇ ਨਹੀਂ ਮਿਲਦਾ ਜਿਹੜੀ ਸੰਗਤ ਦੇ ਵਿੱਚ ਜੋ ਮਹਾਰਾਜ ਹੁਕਮ ਕਹਿ ਦਵੇ ਉਹ ਹੋ ਗਿਆ ਜੀ ਉਹ ਹੋ ਜਾਣਾ ਜਿਵੇਂ ਮੈਂ ਜੀ ਨਾਲ ਤੁਸੀਂ ਹੁਕਮਨਾਮਾ ਲੰਦੇ ਹੋ ਨਾ ਉਹ ਹੁਕਮ ਗੁਰੂ ਮਹਾਰਾਜ ਦਾ ਹੈ ਇਟਸ ਨਾਟ ਅ ਪੀਸ ਆਫ ਐਡਵਾਈਸ ਫਾਰ ਯੂ ਟੂ ਜਸਟ ਅੰਡਰਸਟੈਂਡ ਐਂਡ ਮੇਕ ਐਨ ਆਪਸ਼ਨ ਟੂ ਫੋਲੋ অর ਨਾਟ ਫੋਲੋ ਪਲੀਜ਼ نو ਉਹ ਹੁਕਮ ਹੈ ਉਹ ਹੁਕਮ ਹੈ ਗੁਰਮਹਾਰਾ ਆਪਣਾ ਹੁਕਮ ਤੁਹਾਨੂੰ ਦੇ ਰਹੇ ਨੇ ਨਾ ਹੁਕਮ ਦਾ ਮਤਲਬ ਕੀ ਹੁੰਦਾ ਹੈ ਵੀ ਤੁਹਾਡੇ ਤੇ ਉਹ ਹੁਕਮ ਵਰਤ ਗਿਆ ਹੈ ਹੁਣ ਉਹ ਹੁਕਮ ਦੇ ਰਾਹੀਂ ਤੁਸੀ ਦੇਖਣਾ ਹੈ ਕਿ ਮੈਂ ਗੁਰੂ ਮਹਾਰਾਜ ਦੇ ਜਾ ਕੇ ਚਰਨ ਫੜ ਲਵਾਂ ਕਿ ਮਹਾਰਾਜ ਹੁਣ ਤਾਰ ਲੈ ਹੁਣ ਨਾ ਮੇਰੇ ਨੂੰ ਜਿਹੜਾ ਪੜਕਾ ਹੈ ਮਹਾਰਾਜ ਆਪਣੇ ਨਾਲ ਜੋੜ ਲਾ ਆਪਾਂ ਇਹ ਤਾਂ ਨਹੀਂ ਕਿ ਕਿਤੇ ਵੀ ਮੰਗਿਆ ਮਹਾਰਾਜ ਤੋਂ ਮੰਗਿਆ ਤਾਂ ਬਹੁਤ ਕੁਝ ਹੈ ਪਰ ਇਹ ਨਹੀਂ ਕਿਦੇ ਵੀ ਮੰਗਿਆ ਮਹਾਰਾ ਜੀ ਮੈਨੂੰ ਆਪਣੇ ਚਰਨਾਂ ਚ ਨਿਵਾਸ ਦੇ ਦੀ ਆਪਾਂ ਮਰੇ ਵਾਸਤੇ ਜਰੂਰ ਕਹਿ ਦਿੰਦੇ ਆ ਵੀ ਚਰਨਾਂ ਚ ਨਿਵਾਸ ਦਿਓ ਪਾਉ ਤਾਂ ਮਰ ਗਿਆ ਹੁਣ ਸੰਗਤ ਕਹਿ ਰਹੀ ਆ ਮਹਾਰਾਜ ਅੱਗੇ ਮਹਾਰਾ ਚਰਨਾਂ ਚ ਨਿਵਾਸ ਦੇ ਦਿਓ ਪਰ ਜੁੰਦੇ ਜਿਗਦੇ ਆਪਾਂ ਕਿਹਾ ਮਹਾਰਾ ਚਰਨਾਂ ਚ ਨਿਵਾਸ ਦੇ ਦਿਓ ਮਹਾਰਾਜ ਨਹੀਂ ਕਹਿੰਦੇ ਆਪਾਂ ਉਦੋਂ ਆਪਾਂ ਨੂੰ ਦੁਨੀਆਵੀ ਚੀਜ਼ਾਂ ਬੜੀਆਂ ਪਿਆਰੀਆਂ ਨੇ ਨਾ ਸੋ ਇਸ ਕਰਕੇ ਕਹਿੰਦੇ ਸਾਥ ਸੰਗਤ ਅਰਾਧਿਆ ਜਿਨ੍ਹਾਂ ਸਾਥ ਸੰਗਤ ਵਿੱਚ ਅਰਾਧਿਆ ਭਗਤ ਬਚਲ ਗੁਰ ਰੂਪ ਗੁਰੂ ਰੂਪ ਮੁਰਾਰਾ ਹਾਂਜੀ ਫਿਰ ਭਵ ਸਾਗਰ ਗੁਰ ਸਾਗਰ ਤਾਰਾ ਦੇਖੋ ਭਵ ਸਾਗਰ ਇਹ ਦੁਨੀਆ ਇੱਕ ਸੀ ਹੈ ਵਰਲੀ ਮਟੀਰੀਅਲਿਸਟਿਕ ਓਸ਼ਣ ਹੈ ਇਹ ਜਿਹਦੇ ਵਿੱਚ ਬਹੁਤ ਲੋਕ ਡੁੱਬਦੇ ਨੇ ਕਹਿੰਦੇ ਉਹਦੇ ਵਿੱਚ ਗੁਰ ਸਾਗਰ ਤਾਰਾ ਗੁਰੂ ਮਹਾਰਾਜ ਨੇ ਇਹ ਸਾਗਰ ਮਾਇਆ ਦੇ ਸਾਗਰ ਤੋਂ ਆਪ ਨੂੰ ਤਾਰ ਦਿੱਤਾ ਜਿੱਤੋਂ ਕੋਈ ਵੀ ਨਹੀਂ ਤਰ ਸਕਦਾ ਗੁਰੂ ਤੋਂ ਬਿਗੈ ਨਹੀਂ ਤਰਿਆ ਜਾ ਸਕਦਾ ਇਹਦੇ ਵਿੱਚ ਤਾਂ ਵੱਡੇ-ਵੱਡੇ ਵੀ ਡੁੱਬ ਗਏ ਵੱਡੇ-ਵੱਡੇ ਯੋਗੀ ਡੁੱਬ ਗਏ ਵੱਡੇ-ਵੱਡੇ ਭਗਤ ਡੁੱਬ ਗਏ ਇਹਦੇ ਚ ਕੌਣ ਤਰ ਸਕਦਾ ਹੈ ਕਹਿੰਦੇ ਗੁਰੂ ਤਾਰ ਸਕਦਾ ਹੈ ਦੈਟਸ ਦ ਓਨਲੀ ਵੇ ਆਊਟ ਸੋ ਨਾਉ ਜੇ ਆਪਾਂ ਦੇਖੇ ਆਪਣੀ ਲਾਈਫ ਵਾਲਾ ਇਫ ਯੂਰ ਲਾਈਫ ਜੇ ਆਪਣੇ ਆਪਣੇ ਲਾਈਫ ਤੇ ਗੁਰੂ ਨੂੰ ਨਾ ਫੋਲੋ ਕੀਤਾ ਯੂ ਗਾਟ ਨਥਿੰਗ ਇਨ ਯਰ ਲਾਈਫ ਯੂ ਗਾਟ ਜ਼ੀਰੋ ਨਥਿੰਗ ਤੇ ਤੁਹਾਡੇ ਕੋਲ ਆਪਸ਼ਨ ਕਿਦੋਂ ਤੱਕ ਆ ਜਿੰਉਂ ਤੱਕ ਤੁਹਾਡੇ ਸਵਾਸ ਨੇ ਜਿਸ ਦਿਨ ਇਹ ਮੁੱਕ ਗਏ ਗੋਨ ਯੂ ਆਰ ਡਨ ਦੈਟਸ ਦੀ ਐਂਡ ਆਫ ਯੂ ਕੁਝ ਨਹੀਂ ਹੋ ਸਕਦਾ ਉਹ ਤੋਂ ਬਾਅਦ ਹਾਂ ਸੰਗਤ ਉੱਠ ਕੇ ਅਰਦਾਸ ਕਰਦੀ ਹੈ ਸਭ ਕੁਝ ਕਰਦੀ ਹੈ ਯੈਸ ਉਹ ਮਾਰਾ ਨੇ ਸੰਗਤ ਨੂੰ ਦੱਤਾ ਹੀ ਪਾਵੇ ਕਰਨ ਵਾਸਤੇ ਪਰ ਉਹ ਫਿਰ ਮਾਰਾ ਦੀ ਮਰਜੀ ਹੈ ਆਪਾਂ ਗੁਰੂ ਮਾਰ ਨੂੰ ਰਜਾਉਂਦੇ ਆ ਕਿਉਂ ਨਾ ਆਪਾਂ ਜਿਉਂਦੇ ਜੀ ਇਹ ਚੀਜ਼ ਨੂੰ ਰਿਅਲਾਈਜ਼ ਕਰੀਏ ਕਿ ਇਹ ਗੁਰੂ ਤੋਂ ਵੱਡਾ ਕੋਈ ਵੀ ਨਹੀਂ ਹੈਗਾ ਬਸ ਇੰਨੀ ਗੱਲ ਸਮਝਣ ਦੀ ਲੋੜ ਹੈ ਦੁਨੀਆ ਦੀ ਖੁਸ਼ਾਮਤੀ ਜਿਹੜੀ ਆ ਨਾ ਇਹ ਛੱਡ ਦਿਓ ਕੋਈ ਫਾਇਦਾ ਨਹੀਂ ਦੁਨੀਆ ਨੂੰ ਖੁਸ਼ ਕਰਨ ਦਾ ਉਹਨੂੰ ਖੁਸ਼ ਕਰੋ ਜੋ ਦੁਨੀਆ ਨੂੰ ਜੀਵਨ ਦੇਣ ਵਾਲਾ ਹੈ ਜੋ ਦੁਨੀਆ ਨੂੰ ਲਾਈਫ ਦੇਣ ਵਾਲਾ ਨਾ ਪਰਮਾਤਮਾ ਉਹਨੂੰ ਖੁਸ਼ ਰੱਖੋ ਫਿਰ ਹਾਂਜੀ ਸਾਧ ਸੰਗਤ ਆਰਾਧਿਆ ਭਗਤ ਵਛਲ ਗੁਰੂ ਰੂਪ ਮੁਰਾਰਾ ਭਵ ਸਾਗਰ ਗੁਰ ਸਾਗਰ ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ